ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਫਿਰ ਕੰਟੀਨਿਊ ਕਰਦੇ ਹਾਂ ਆਪਣੇ ਅਗਲੇ ਮੌਕ ਦੇ ਨਾਲ, ਠੀਕ ਹੈ। ਤਾਂ ਇਸ ਨੂੰ ਮਿਲਾ ਕੇ ਕੁੱਲ ਆਪਣੇ ਕੋਲ 20 ਮੌਕ ਹੋ ਜਾਣਗੇ, ਠੀਕ ਹੈ, ਜੋ ਕਿ ਤੁਹਾਡੇ ਸਾਰੇ ਹੀ ਇਗਜ਼ਾਮਸ ਲਈ ਬਹੁਤ ਇੰਪੋਰਟੈਂਟ ਨੇ। ਮੌਕ 1 ਤੋਂ ਲੈ ਕੇ 20 ਤੱਕ ਜਿੰਨੇ ਵੀ ਕੁਐਸਚਨਸ ਨੇ ਸਾਰੇ ਡਿਫਰੈਂਟ ਕੁਐਸਚਨ ਸੀਗੇ ਐਂਡ ਵਿਦ ਫੁੱਲ ਐਕਸਪਲੇਨੇਸ਼ਨ ਸੀਗੇ, ਠੀਕ ਹੈ। ਸੋ ਅੱਜ ਇਹ ਆਪਣਾ 20th ਮੌਕ ਹੈ। ਸੋ ਇਹਦੇ ਵਿੱਚ ਦੇਖੋ, ਫਸਟ ਕੁਐਸਚਨ ਹੈ ਕਿ ਜੋ ਕੰਡਕਟਰ ਵਿੱਚ ਬਿਜਲੀ ਦਾ ਕਰੰਟ ਹੈ ਉਹ ਕਿਵੇਂ ਫਲੋ ਕਰਦਾ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਇਸ ਤਰ੍ਹਾਂ ਦੇ ਜਨਰਲ ਸਾਇੰਸ ਦੇ ਕੁਐਸਚਨ ਪੇਪਰਾਂ ਵਿੱਚ ਦੇਖਣ ਨੂੰ ਮਿਲੇ ਨੇ, ਯਾਨੀ ਕਿ ਜੋ ਕਰੰਟ ਹੈ, ਠੀਕ ਹੈ, ਬਿਜਲੀ ਦਾ ਕਰੰਟ ਹੈ ਉਹ ਕਿਵੇਂ ਫਲੋ ਕਰਦਾ ਹੈ, ਪਾਵਰ ਦੇ ਨਾਲ, ਵਾਟ ਦੇ ਨਾਲ ਜਾਂ ਪੋਟੈਂਸ਼ੀਅਲ ਡਿਫਰੈਂਸ ਦੇ ਨਾਲ। ਇਹ ਸਾਇੰਸ ਦਾ ਕੁਐਸਚਨ ਹੈ, ਨੋਟ ਡਾਊਨ ਕਰ ਲੈਣਾ ਅਗਰ ਤੁਸੀਂ ਨਹੀਂ ਕਵਰ ਕੀਤਾ ਤਾਂ। ਸੋ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ, ਠੀਕ ਹੈ। ਪੋਟੈਂਸ਼ੀਅਲ ਡਿਫਰੈਂਸ ਦੇ ਨਾਲ ਜੋ ਕਰੰਟ ਹੈ ਉਹ ਫਲੋ ਕਰਦਾ ਹੈ ਦੋ ਬਾਡੀਜ਼ ਦੇ ਵਿੱਚ, ਯਾਨੀ ਕਿ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਕਵਰ ਕਰਨ ਲਈ ਉਹਨੂੰ ਕੀ ਚਾਹੀਦਾ ਹੈ, ਪੋਟੈਂਸ਼ੀਅਲ ਡਿਫਰੈਂਸ ਚਾਹੀਦਾ ਹੈ, ਠੀਕ ਹੈ, ਨੋਟ ਡਾਊਨ ਕਰ ਲੈਣਾ। ਸੋ ਇਹ ਆਪਾਂ ਆਲਰੇਡੀ ਕਵਰ ਕੀਤਾ ਹੋਇਆ ਪਾਵਰ ਐਂਡ ਵਾਟ ਵਾਲਾ, ਠੀਕ ਹੈ। ਐਨਰਜੀ ਦਾ ਯੂਨਿਟ ਹੈ ਜੋ ਜਾਊਲ ਹੁੰਦਾ ਹੈ, ਠੀਕ ਹੈ, ਯਾਦ ਰੱਖਣਾ। ਸੋ ਅਗਲਾ ਕੁਐਸਚਨ ਹੈ, ਮਨੁੱਖ ਵਿੱਚ ਜੋ ਮਤਲਬ ਯਾਨੀ ਕਿ ਹਿਊਮਨ ਬੀਇੰਗਸ ਨੇ, ਉਹਨਾਂ ਵਿੱਚੋਂ ਜੋ ਦਿਲ ਹੈ, ਦਿਲ ਕਿਸ ਪ੍ਰਣਾਲੀ ਦਾ ਹਿੱਸਾ ਹੈ, ਯਾਨੀ ਕਿ ਦਿਲ ਦਾ ਜੋ ਹੈ ਕੰਮ ਕੀ ਹੈ, ਡਾਇਜੈਸਟਿਵ, ਰੈਸਪੀਰੇਸ਼ਨ ਜਾਂ ਵਸਕੂਲਰ, ਠੀਕ ਹੈ। ਇਹ ਹਿਊਮਨ ਸਾਇੰਸ ਦਾ ਕੁਐਸਚਨ ਆ ਗਿਆ, ਹਿਊਮਨ ਬੋਡੀ ਦਾ, ਸੋਰੀ, ਜਨਰਲ ਸਾਇੰਸ ਦੇ ਨਾਲ ਰਿਲੇਟਿਡ ਹਿਊਮਨ ਬੋਡੀ ਦੇ ਨਾਲ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਦੇ ਹੈ ਪੇਪਰਾਂ ਦੇ ਵਿੱਚ। ਸੋ ਵਾਈ ਆਈ ਕਵਰ ਦਿਸ ਕੁਐਸਚਨ, ਸੋ ਤੁਹਾਨੂੰ ਐਕਸਪਲੇਨ ਕਰਦਾ ਕਿ ਜੋ ਡਾਇਜੈਸਟਿਵ ਸਿਸਟਮ ਹੈ, ਇਹ ਜੋ ਆਪਣੀ ਖਾਣਾ ਪ੍ਰਣਾਲੀ ਹੁੰਦੀ ਹੈ ਸਾਰੀ, ਉਹਦੇ ਨਾਲ ਰਿਲੇਟਿਡ ਹੈ, ਠੀਕ ਹੈ। ਮੂੰਹ ਤੋਂ ਲੈ ਕੇ ਉਸ ਤੋਂ ਬਾਅਦ ਪੇਟ ਆ ਜਾਂਦਾ ਹੈ, ਉਸ ਤੋਂ ਬਾਅਦ ਜੋ ਆਪਣੀਆਂ ਅੰਤੜੀਆਂ, ਵੱਡੀ ਅੰਤੜੀ ਯਾਨੀ ਕਿ ਸਮਾਲ ਇੰਟੈਸਟਾਈਨ, ਲਾਰਜ ਇੰਟੈਸਟਾਈਨ, ਠੀਕ ਹੈ, ਉਹ ਜੋ ਸਾਰਾ ਸਿਸਟਮ ਹੈ ਦੈਟ ਇਜ਼ ਕਵਰ ਅੰਡਰ ਦਾ ਡਾਇਜੈਸਟਿਵ ਸਿਸਟਮ। ਫਿਰ ਆ ਗਿਆ ਰੈਸਪੀਰੇਸ਼ਨ, ਰੈਸਪੀਰੇਸ਼ਨ ਦਾ ਮਤਲਬ ਕਿ ਸਾਹ ਲੈਣਾ, ਠੀਕ ਹੈ, ਨੱਕ ਤੋਂ ਲੈ ਕੇ ਲੰਗਸ ਤੱਕ, ਟ੍ਰੇਕੀਆ ਵਗੈਰਾ, ਠੀਕ ਹੈ, ਜੋ ਵੀ ਔਰਗਨਸ ਆਉਂਦੇ ਆ ਉਹ ਦੈਟ ਆਰ ਰਿਲੇਟਿਡ ਟੂ ਦਾ ਰੈਸਪੀਰੇਸ਼ਨ, ਉਹ ਸਾਹ ਕਿਰਿਆ ਦੇ ਵਿੱਚ ਹੈਲਪ ਕਰਦੇ ਨੇ। ਅਤੇ ਜੋ ਵਸਕੂਲਰ ਸਿਸਟਮ ਹੁੰਦਾ ਹੈ ਉਹ ਹੁੰਦਾ ਜੋ ਆਪਣੇ ਖੂਨ ਨੂੰ ਸਰਕੂਲੇਟ ਕਰਦਾ ਹੈ, ਇਹਨੂੰ ਸਰਕੂਲੇਟਰੀ ਸਿਸਟਮ ਵੀ ਬੋਲ ਦਿੰਦੇ ਨੇ, ਸਰਕੂਲੇਟਰੀ ਵੀ ਬੋਲ ਦਿੰਦੇ ਨੇ, ਵਸਕੂਲਰ ਵੀ ਬੋਲ ਦਿੰਦੇ ਨੇ, ਠੀਕ ਹੈ, ਜਿਹਦੇ ਵਿੱਚ ਆਪਣੀਆਂ ਆਰਟਰੀਜ਼ ਔਰ ਵੇਨਸ ਆ ਜਾਂਦੀਆਂ ਨੇ, ਜੋ ਪੂਰੀ ਬਾਡੀ ਤੋਂ ਪਹਿਲਾਂ ਬਲੱਡ ਵੇਨਸ ਲੈ ਕੇ, ਜੋ ਵੇਨਸ ਨੇ ਉਹ ਸਾਰੀ ਬਾਡੀ ਦਾ ਗੰਦਾ ਖੂਨ ਹੈ ਜੋ ਦਿਲ ਤੱਕ ਲੈ ਕੇ ਆਉਂਦੀਆਂ ਨੇ, ਠੀਕ ਹੈ। ਦਿਲ ਵਿੱਚ ਜੋ ਖੂਨ ਹੈ ਉਹ ਪਿਊਰੀਫਾਈ ਹੁੰਦਾ ਹੈ, ਆਕਸੀਜਨੇਟਿਡ ਹੁੰਦਾ ਹੈ, ਯਾਨੀ ਕਿ, ਅਤੇ ਉਸ ਤੋਂ ਬਾਅਦ ਸਾਰੀ ਬਾਡੀ ਦੇ ਵਿੱਚ ਥਰੂ ਆਰਟਰੀਜ਼ ਸਰਕੂਲੇਟ ਹੁੰਦਾ ਹੈ, ਅਤੇ ਇਸ ਸਾਰੇ ਪ੍ਰੋਸੈਸ ਨੂੰ ਆਪਾਂ ਵਸਕੂਲਰ ਸਿਸਟਮ ਬੋਲਦੇ ਹਾਂ ਜਾਂ ਸਰਕੂਲੇਟਰੀ ਸਿਸਟਮ ਬੋਲਦੇ ਹਾਂ। ਸੋ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੈ ਕਿ ਇਸ ਕੁਐਸਚਨ ਦਾ ਆਂਸਰ ਹੈ ਜੀ ਸੀ, ਵਸਕੂਲਰ ਸਿਸਟਮ, ਠੀਕ ਹੈ। ਸੋ ਨੈਕਸਟ ਕੁਐਸਚਨ ਹੈ, ਮਾਈ ਭਾਗੋ ਵਿੱਦਿਆ ਸਕੀਮ ਕਿਸ ਨਾਲ ਸੰਬੰਧਿਤ ਹੈ, ਬੱਚਿਆਂ ਨਾਲ, ਲੜਕੀਆਂ ਨਾਲ ਜਾਂ ਔਰਤਾਂ ਦੇ ਨਾਲ। ਸੋ ਇਹ ਜੋ ਸਕੀਮ ਸੀਗੀ 2011 ਦੇ ਵਿੱਚ ਲਾਂਚ ਕੀਤੀ ਗਈ ਪੰਜਾਬ ਗੌਰਮੈਂਟ ਦੁਆਰਾ, ਐਂਡ ਵੈਰੀ ਵੈਰੀ ਇੰਪੋਰਟੈਂਟ ਸਕੀਮ। ਹੁਣੇ ਜੋ ਆਪਣੇ ਕੋਲ ਪੰਜਾਬ ਪੁਲਿਸ ਦੇ ਪੇਪਰ ਹੋਏ ਸੀ, 4 ਤੋਂ 5 ਪੇਪਰਾਂ ਦੇ ਵਿੱਚ ਸੇਮ ਕੁਐਸਚਨ ਪੁੱਛਿਆ ਗਿਆ ਹੈ ਇਸ ਸਕੀਮ ਦਾ, ਠੀਕ ਹੈ, ਕਿ ਇਹ ਸਕੀਮ ਕੀ ਸੀ ਜਾਂ ਕਿਸ ਨਾਲ ਰਿਲੇਟਿਡ ਹੈ, ਕਦੋਂ ਲਾਂਚ ਹੋਈ, ਠੀਕ ਹੈ। ਸੋ ਇਹ ਜੀ ਕੁੜੀਆਂ ਨਾਲ ਰਿਲੇਟਿਡ ਸੀਗੀ,
ਗਰਲਸ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਜੋ ਮਾਈ ਭਾਗੋ ਵਿੱਦਿਆ ਸਕੀਮ ਲਾਂਚ ਕੀਤੀ ਗਈ ਸੀ ਬਾਏ ਪੰਜਾਬ ਸਰਕਾਰ ਇਨ 2011, ਠੀਕ ਹੈ, ਤਾਂ ਇਹਦੇ ਵਿੱਚ ਕੀ ਸੀ ਕਿ ਸਕੂਲ ਜਾਣ ਵਾਲੀਆਂ ਗਰਲਸ ਨੂੰ 9th ਤੋਂ ਜੋ 12th ਕਲਾਸ ਦੀਆਂ ਗਰਲਸ ਸੀਗੀਆਂ ਉਹਨਾਂ ਨੂੰ ਫ੍ਰੀ ਸਾਈਕਲ ਪ੍ਰੋਵਾਈਡ ਕਰਵਾਏ ਗਏ ਸੀਗੇ ਪੰਜਾਬ ਸਰਕਾਰ ਦੇ ਦੁਆਰਾ, ਸੋ ਦੈਟ ਉਹਨਾਂ ਨੂੰ ਮੂਵ ਕਰਨ ਵਿੱਚ ਕੋਈ ਪ੍ਰੋਬਲਮ ਨਾ ਹੋਏ, ਠੀਕ ਹੈ, ਕਿ ਉਹਨਾਂ ਕੋਲ ਕੋਈ ਬਹਾਨਾ ਨਾ ਹੋਏ ਅਤੇ ਉਸ ਸਾਈਕਲ 'ਤੇ ਆਪਦਾ ਆ ਜਾ ਸਕਣ ਸਕੂਲ 'ਤੇ, ਠੀਕ ਹੈ ਜੀ। ਸੋ ਅਗਲਾ ਕੁਸ਼ਚਨ ਹੈ ਕਿ ਮੋਗਾ ਕਿਸ ਡਿਵੀਜ਼ਨ ਦਾ ਹਿੱਸਾ ਹੈ। ਸੋ ਜੋ ਮੋਗਾ ਹੈ, ਪਹਿਲਾਂ ਤਾਂ ਗੱਲ ਦੇਖੀਏ ਕਿ ਉਹ ਕਿੱਥੇ ਹੈ। ਇਹ ਆਪਣੇ ਕੋਲ ਪੰਜਾਬ ਐਂਡ ਪਾਕਿਸਤਾਨ ਦਾ ਜੋ ਬਾਰਡਰ ਹੈ, ਫਿਰੋਜ਼ਪੁਰ ਡਿਸਟ੍ਰਿਕਟ ਆ ਗਿਆ, ਠੀਕ ਹੈ, ਇਹਦੇ ਨਾਲ ਇਸ ਸਾਈਡ ਫਰੀਦਕੋਟ ਆ ਗਿਆ ਅਤੇ ਇਹਨਾਂ ਦੇ ਸੈਂਟਰ ਵਿੱਚ ਇੱਥੇ ਮੋਗਾ। ਸੋ ਮੋਗਾ ਫਿਰੋਜ਼ਪੁਰ ਡਿਵੀਜ਼ਨ ਦਾ ਹਿੱਸਾ ਹੈ ਅਤੇ ਮੋਗੇ ਦੇ ਉਸ ਸਾਈਡ ਨੌਰਥ ਵਾਲੀ ਸਾਈਡ ਆ ਜਾਂਦਾ ਹੈ ਜਲੰਧਰ, ਠੀਕ ਹੈ। ਸੋ ਮੋਗਾ ਜੋ ਫਿਰੋਜ਼ਪੁਰ ਨੂੰ ਵੀ ਟੱਚ ਕਰਦਾ, ਫਰੀਦਕੋਟ ਨੂੰ ਵੀ ਅਤੇ ਜਲੰਧਰ ਨੂੰ ਵੀ, ਅਤੇ ਤੁਸੀਂ ਹੁਣ ਇਹ ਦੱਸੋ ਵੀ ਇਹ ਕਿਹੜੀ ਡਿਵੀਜ਼ਨ ਦਾ ਹਿੱਸਾ ਹੈ। ਡਿਵੀਜ਼ਨਸ ਵਾਲੇ ਕੁਸ਼ਚਨ ਵੀ ਪੇਪਰਾਂ ਦੇ ਵਿੱਚ ਆਉਂਦੇ ਆ, ਠੀਕ ਹੈ। ਸੋ ਆਪਾਂ ਰੋਜ਼ ਇੱਕ ਇੱਕ ਕੁਸ਼ਚਨ ਕਵਰ ਕੀਤਾ ਹੈ ਪਿਛਲੇ ਪੇਪਰਾਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਪਿਛਲੇ ਮਾਰਕਸ ਦੇ ਵਿੱਚ। ਸੋ ਜੋ ਮੋਗਾ ਹੈ ਉਹ ਜੀ ਫਿਰੋਜ਼ਪੁਰ ਜੋ ਡਿਵੀਜ਼ਨ ਹੈ ਉਹਦਾ ਹਿੱਸਾ ਹੈ, ਠੀਕ ਹੈ। ਮੁਕਤਸਰ ਵਿੱਚ ਕਿਹੜਾ ਮੇਲਾ ਮਨਾਇਆ ਜਾਂਦਾ ਹੈ? ਵੈਰੀ ਇੰਪੋਰਟੈਂਟ ਥੀਮ, ਠੀਕ ਹੈ, ਪੰਜਾਬ ਕਲਚਰ ਦੇ ਨਾਲ ਰਿਲੇਟਿਡ ਹੋ ਗਿਆ ਇਹ, ਠੀਕ ਹੈ, ਕਿਉਂਕਿ ਮੇਲੇ ਹੋ ਗਏ, ਤਿਉਹਾਰ ਹੋ ਗਏ ਜਾਂ ਦੇਸੀ ਮਹੀਨੇ ਹੋ ਗਏ, ਇਹਨਾਂ 'ਤੇ ਕੋਈ ਨਾ ਕੋਈ ਕੁਸ਼ਚਨ ਆਉਂਦਾ ਹੀ ਹੈ, ਠੀਕ ਹੈ। ਸੋ ਮੁਕਤਸਰ ਵਿੱਚ ਕਿਹੜਾ ਮੇਲਾ ਮਨਾਇਆ ਜਾਂਦਾ ਹੈ? ਮਾਘੀ ਦਾ, ਘੋੜਿਆਂ ਦਾ ਜਾਂ ਦੋਨੋਂ? ਸੋ ਇਹ ਕੁਸ਼ਚਨ ਇੱਦਾਂ ਦਾ, ਆਪਾਂ ਆਲਰੇਡੀ ਪਿਛਲੇ ਘੋੜਿਆਂ ਦਾ ਮੇਲਾ ਕਵਰ ਕੀਤਾ ਸੀਗਾ ਲਾਸਟ ਮਾਰਕਸ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਕਿ ਉਹ ਕਿੱਥੇ ਮਨਾਇਆ ਜਾਂਦਾ ਹੈ। ਜੋ ਮੁਕਤਸਰ ਦੀ ਗੱਲ ਕਰੀਏ ਤਾਂ ਇਹ 40 ਮੁਕਤਿਆਂ ਦੇ ਨਾਲ ਰਿਲੇਟਿਡ ਸ਼ਹਿਰ ਹੈ, ਉੱਥੋਂ ਹੀ ਇਹਦਾ ਪਹਿਲਾ ਨਾਮ ਖਿਦਰਾਣਾ ਸੀਗਾ, ਅਤੇ ਇਹ ਵੀ ਕੁਸ਼ਚਨ ਪੁੱਛਿਆ ਜਾਂਦਾ ਹੈ ਪੁਰਾਣੇ ਪੇਪਰਾਂ ਦੇ ਵਿੱਚ, ਤੁਸੀਂ ਦੇਖ ਲੈਣਾ, ਠੀਕ ਹੈ। ਖਿਦਰਾਣਾ, ਜੋ ਖਿਦਰਾਣੇ ਦੀ ਢਾਬ ਵੀ ਕਿਹਾ ਜਾਂਦਾ ਹੈ, ਠੀਕ ਹੈ, ਇਹ ਮੁਕਤਸਰ ਦਾ ਪੁਰਾਣਾ ਨਾਮ ਸੀ। ਅਤੇ ਇੱਥੇ 40 ਮੁਕਤਿਆਂ ਤੋਂ ਬਾਅਦ ਜੋ ਹਿਸਟਰੀ ਤੁਸੀਂ ਪੜ੍ਹੀ ਹੋਣੀ ਹੈ ਉਸ ਤੋਂ ਬਾਅਦ ਇਹਦਾ ਨਾਮ ਮੁਕਤਸਰ ਪੈ ਗਿਆ। ਹੋਰ ਇੱਥੇ ਟਿੱਬੀ ਸਾਹਿਬ ਗੁਰਦੁਆਰਾ ਵੀ ਮੁਕਤਸਰ ਸਾਹਿਬ ਦੇ ਵਿੱਚ ਹੀ ਹੈ, ਠੀਕ ਹੈ। ਅਤੇ ਇੱਥੇ ਆਪਣੇ ਕੋਲ ਮਾਘ ਦੇ ਮਹੀਨੇ ਦੇ ਵਿੱਚ, ਠੀਕ ਹੈ, ਮਾਘ ਦੇ ਮਹੀਨੇ ਦੇ ਵਿੱਚ ਮਾਘੀ ਦਾ ਮੇਲਾ ਲੱਗਦਾ ਹੈ, ਜੋ ਕਿ ਬਹੁਤ ਯਾਨੀ ਕਿ ਵੱਡੇ ਲੈਵਲ ਦਾ ਮੇਲਾ ਹੁੰਦਾ ਹੈ, ਪੂਰੇ ਇੱਕ ਮੰਥ ਤੱਕ ਚੱਲਦਾ ਹੈ, ਅਤੇ ਜਿੱਥੇ ਦੂਰੋਂ ਦੂਰੋਂ ਲੋਕ ਵਿਜ਼ਿਟ ਕਰਦੇ ਨੇ ਮਾਘੀ ਦਾ ਇਸ਼ਨਾਨ ਕਰਨ ਲਈ, ਠੀਕ ਹੈ। ਅਤੇ ਪਲੱਸ ਇੱਥੇ ਘੋੜਿਆਂ ਦਾ ਮੇਲਾ ਵੀ ਲੱਗਦਾ ਹੈ, ਠੀਕ ਹੈ, ਜੋ ਮੁਕਤਸਰ ਤੋਂ ਥੋੜ੍ਹਾ ਬਾਹਰ ਪਲੇਸ ਲੈ ਜਾਂਦਾ ਹੈ, ਘੋੜਿਆਂ ਦੀ ਮੰਡੀ ਬੋਲਦੇ ਨੇ ਜਿੱਥੇ, ਤਾਂ ਉੱਥੇ ਮਾਘੀ ਘੋੜਿਆਂ ਦਾ ਮੇਲਾ ਦੇਖਣ ਨੂੰ ਮਿਲਦਾ ਹੈ। ਸੋ ਦੋਨੋਂ ਹੀ ਮੇਲੇ ਨੇ ਜੋ ਉਹ ਮੁਕਤਸਰ ਦੇ ਵਿੱਚ ਲੱਗਦੇ ਨੇ, ਸੋ ਇਹਨਾਂ ਨੂੰ ਯਾਦ ਕਰ ਲੈਣਾ। ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਯਾਨੀ ਕਿ ਪੰਜਾਬ ਦੀ ਜੋ ਲੈਗਿਸਲੇਟਿਵ ਅਸੈਂਬਲੀ ਸੀ, ਫਸਟ ਲੈਗਿਸਲੇਟਿਵ ਅਸੈਂਬਲੀ, ਉਹਦਾ ਸਪੀਕਰ, ਪਹਿਲਾ ਸਪੀਕਰ ਕੌਣ ਸੀ? ਤਾਰਾ ਸਿੰਘ, ਕਪੂਰ ਸਿੰਘ ਜਾਂ ਪੂਰਨ ਸਿੰਘ? ਸੋ ਦਾ ਕਰੈਕਟ ਆਂਸਰ ਇਜ਼ ਬੀ, ਠੀਕ ਹੈ, ਕਪੂਰ ਸਿੰਘ ਸੀਗਾ ਜੋ ਉਹ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀਗਾ, ਅਤੇ ਜੋ ਮਾਸਟਰ ਤਾਰਾ ਸਿੰਘ ਸੀਗੇ, ਠੀਕ ਹੈ, ਇਹ ਪੰਜਾਬੀ ਸੂਬਾ ਲਹਿਰ ਸੀਗੀ ਜੋ ਉਹਦੇ ਨਾਲ ਰਿਲੇਟਿਡ ਸੀਗੇ। ਅਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਹੈ ਕਿ ਇਹ ਲਹਿਰ ਕਦੋਂ ਚੱਲੀ ਸੀ ਪੰਜਾਬ ਦੇ ਵਿੱਚ, ਠੀਕ ਹੈ।
ਗੁਰੂ ਅਮਰਦਾਸ ਜੀ, ਯਾਨੀ ਕਿ ਇਹ ਕੁਸ਼ਚਨ ਇਸ ਤਰ੍ਹਾਂ ਸੀਗਾ ਕਿ ਗੁਰੂ ਅਮਰਦਾਸ ਜੀ ਸਿੱਖ ਬਣਨ ਤੋਂ ਪਹਿਲਾਂ, ਯਾਨੀ ਕਿ ਸਿੱਖ ਗੁਰੂ ਦੇ ਕੰਟੈਕਟ 'ਚ ਆਉਣ ਤੋਂ ਪਹਿਲਾਂ ਉਹ ਕੀ ਸੀਗੇ, ਕਿ ਉਹ ਵੈਸ਼ਨਵ ਮਤ ਨਾਲ ਰਿਲੇਟਡ ਸੀਗੇ ਜਾਂ ਬੁੱਧ ਸੀਗੇ ਜਾਂ ਸ਼ੈਵਿਸ ਸੀਗੇ। ਸੋ ਜੋ ਗੁਰੂ ਅਮਰਦਾਸ ਜੀ ਸੀਗੇ, ਉਹਨਾਂ ਦੇ ਜੋ ਭਤੀਜੇ ਸੀਗੇ, ਉਹਨਾਂ ਦੇ ਨਾਲ ਜੋ ਗੁਰੂ ਅੰਗਦ ਦੇਵ ਜੀ ਸੀਗੇ, ਉਹਨਾਂ ਦੀ ਜੋ ਡਾਟਰ ਸੀਗੀ ਬੀਬੀ ਅਮਰੋ, ਠੀਕ ਹੈ, ਉਹਨਾਂ ਦੇ ਨਾਲ ਉਹਨਾਂ ਦੀ ਮੈਰਿਜ ਹੋਈ ਸੀ। ਉਸ ਤੋਂ ਬਾਅਦ ਜਦੋਂ ਬੀਬੀ ਅਮਰੋ ਦੇ ਕੰਟੈਕਟ ਵਿੱਚ ਆਏ ਗੁਰੂ ਅਮਰਦਾਸ ਜੀ, ਉਸ ਤੋਂ ਬਾਅਦ ਉਹ ਸਿੱਖੀਜ਼ਮ ਦੇ ਵਿੱਚ ਕਨਵਰਟ ਹੋਏ ਨੇ, ਠੀਕ ਹੈ। ਉਸ ਤੋਂ ਪਹਿਲਾਂ ਉਹ ਵੈਸ਼ਨਵ ਮਤ ਦੇ ਨਾਲ ਰਿਲੇਟਡ ਸੀਗੇ, ਆਪਸ਼ਨ ਏ, ਠੀਕ ਹੈ। ਉਹ ਬਹੁਤ ਪੱਕੇ ਆਪਣੇ ਧਰਮ ਦੇ ਵਿੱਚ ਸੀਗੇ। 62 ਸਾਲ ਤੱਕ ਉਹ ਰੈਗੂਲਰ ਹਰਿਦੁਆਰ ਜਾ ਕੇ ਇਸ਼ਨਾਨ ਕਰਦੇ ਸੀਗੇ, ਠੀਕ ਹੈ, ਅਤੇ ਬਹੁਤ ਹੀ ਆਪਣੀ ਸ਼ਰਧਾ ਦੇ ਨਾਲ ਉਹ ਵੈਸ਼ਨਵ ਮਤ ਨੂੰ ਪੂਜਦੇ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਦੇ ਨੈਫਿਊ ਦੀ ਬੀਬੀ ਅਮਰੋ ਜੀ ਨਾਲ ਮੈਰਿਜ ਹੋ ਜਾਂਦੀ ਹੈ, ਤਾਂ ਜੋ ਬੀਬੀ ਅਮਰੋ ਸੀਗੇ ਉਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਭਗਤ ਸੀ, ਤਾਂ ਉਹਨਾਂ ਦੇ ਜੋ ਕੰਟੈਕਟ ਦੇ ਵਿੱਚ ਆਉਣ ਨਾਲ ਜੋ ਗੁਰੂ ਅਮਰਦਾਸ ਜੀ ਦੇ ਸੀਗੇ, ਇਹਨਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਗੁਰੂ ਸਾਹਿਬਾਨ ਦੇ ਦਰਸ਼ਨ ਲਈ ਜਾਣ। ਅਤੇ ਜਦੋਂ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ, ਤਾਂ ਉਹਨਾਂ ਨੂੰ ਮਿਲ ਕੇ ਉਹ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ, ਅਤੇ ਉਸ ਤੋਂ ਬਾਅਦ 12 ਸਾਲ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ। ਅਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੋ ਬੱਚੇ ਸੀਗੇ ਦਾਸੂ ਐਂਡ ਦਾਤੂ, ਉਹਨਾਂ ਦੇ ਦੋ ਮੁੰਡੇ ਸੀਗੇ, ਉਹਨਾਂ ਨੂੰ ਨਹੀਂ ਬਲਕਿ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ, ਠੀਕ ਹੈ। ਤਾਂ ਉਸ ਤੋਂ ਬਾਅਦ ਜੋ ਦਾਸੂ ਐਂਡ ਦਾਤੂ ਸੀਗੇ, ਦੇ ਸੈਟ ਕਿ ਇਹ ਜੋ ਹੈਰੀਟੇਜ ਵਾਲਾ ਜਗ੍ਹਾ ਹੈ ਉਹ ਸਾਡੀ ਹੈ, ਇਸ ਲਈ ਗੁਰੂ ਅਮਰਦਾਸ ਜੀ ਨੂੰ ਉੱਥੋਂ ਮੂਵ ਔਨ ਕਰਨਾ ਪਿਆ, ਅਤੇ ਦੈਨ ਦੇ ਸੈਟਲਡ ਇਨ ਦਾ ਗੋਇੰਦਵਾਲ ਸਾਹਿਬ, ਅਤੇ ਗੋਇੰਦਵਾਲ ਸਾਹਿਬ ਦਾ ਸ਼ਹਿਰ ਸੀਗਾ ਜੋ ਗੁਰੂ ਅਮਰਦਾਸ ਜੀ ਨੇ ਵਸਾਇਆ ਸੀ, ਅਤੇ ਉੱਥੋਂ ਦੀ ਜੋ ਬਾਉਲੀ ਹੈ ਉਹ ਵੀ ਗੁਰੂ ਅਮਰਦਾਸ ਜੀ ਨੇ ਬਣਵਾਈ ਸੀ, ਠੀਕ ਹੈ। ਹੋਪ ਸੋ ਤੁਹਾਨੂੰ ਹਿਸਟਰੀ ਕਲੀਅਰ ਹੋ ਗਈ ਹੋਏਗੀ। 8th ਕੁਸ਼ਚਨ ਹੈ ਜੀ, ਕਨਈਆ ਮਿਸਲ ਦੇ ਲੀਡਰ ਕੌਣ ਸਨ, ਠੀਕ ਹੈ। ਆਪਣੀਆਂ 12 ਮਿਸਲਾਂ ਸੀ ਪੰਜਾਬ ਵਿੱਚ ਜੋ ਹੋਈਆਂ ਨੇ, ਠੀਕ ਹੈ, ਤਾਂ ਜੋ ਕਨਈਆ ਮਿਸਲ ਸੀ ਉਹਦਾ ਫਾਊਂਡਰ ਕੌਣ ਸੀ, ਜੱਸਾ ਸਿੰਘ, ਜੈ ਸਿੰਘ ਜਾਂ ਹਰੀ ਸਿੰਘ। ਸੋ ਜੋ ਜੈ ਸਿੰਘ ਸੀਗੇ ਆਪਸ਼ਨ ਬੀ, ਠੀਕ ਹੈ, ਉਹ ਕਨਈਆ ਮਿਸਲ ਦੇ ਲੀਡਰ ਸੀਗੇ, ਠੀਕ ਹੈ। ਜੱਸਾ ਸਿੰਘ ਆਲੂਵਾਲੀਆ ਮਿਸਲ ਦੇ ਹੈੱਡ ਸੀਗੇ, ਹਰੀ ਸਿੰਘ ਨਿਕਈ ਮਿਸਲ ਦੇ ਲੀਡਰ ਸੀਗੇ, ਇੱਕ ਹਰੀ ਸਿੰਘ ਢਿੱਲੋਂ ਸੀਗੇ, ਠੀਕ ਹੈ। ਉਹ ਤੁਸੀਂ ਦੱਸਣਾ ਵਾ ਕਿ ਉਹ ਕਿਹੜੀ ਮਿਸਲ ਦੇ ਹੈੱਡ ਸੀਗੇ, ਠੀਕ ਹੈ। ਔਰ ਮਿਸਲਾਂ ਦੇ ਨਾਲ ਹੀ ਇੱਕ ਇੰਪੋਰਟੈਂਟ ਟੋਪਿਕ ਰਿਲੇਟਿਡ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ, ਠੀਕ ਹੈ। ਜੋ ਮਹਾਰਾਜਾ ਰਣਜੀਤ ਸਿੰਘ ਸੀਗੇ ਉਹ ਸ਼ੁਕਰ ਚੱਕਿਆ ਮਿਸਲ ਦੇ ਨਾਲ ਰਿਲੇਟਿਡ ਸੀਗੇ। 1780 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਗੁਜਰਾਂਵਾਲਾ ਵਿੱਚ, ਠੀਕ ਹੈ। ਅਤੇ ਉਹਨਾਂ ਦੇ ਪਿਤਾ ਦਾ ਨਾਮ ਮਹਾ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਰਾਜ ਕੌਰ ਸੀਗਾ। ਉਸ ਤੋਂ ਬਾਅਦ 96 ਦੇ ਵਿੱਚ ਉਹਨਾਂ ਦੀ ਮੈਰਿਜ ਹੋ ਗਈ ਸੀਗੀ, ਅਤੇ 98 ਦੇ ਵਿੱਚ ਉਹਨਾਂ ਨੇ ਜੋ ਉਹਨਾਂ ਨੂੰ ਦੇ ਦਿੱਤਾ ਗਿਆ ਸੀ ਪੰਜਾਬ ਦਾ ਰਾਜ, ਅਤੇ 1801 ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀਗਾ, ਠੀਕ ਹੈ। 1809 ਦੇ ਵਿੱਚ ਟ੍ਰੀਟੀ ਆਫ ਅੰਮ੍ਰਿਤਸਰ ਹੋਈ ਸੀਗੀ। ਉਸ ਤੋਂ ਬਾਅਦ 1839 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਉਸ ਤੋਂ ਬਾਅਦ ਜੋ ਖੜਕ ਸਿੰਘ ਸੀਗੇ ਉਹ ਉਹਨਾਂ ਦੇ ਨੈਕਸਟ ਇੰਪੀਰੀਅਰ ਬਣੇ ਸੀ ਪੰਜਾਬ ਦੇ। ਅਤੇ ਫਾਈਨਲੀ 1849 ਦੇ ਵਿੱਚ ਦੋਨੋਂ ਸਿੱਖ ਐਂਗਲੋ ਵਾਰ ਤੋਂ ਬਾਅਦ ਪੰਜਾਬ ਨੂੰ ਅਨੈਕਸ ਕਰ ਲਿਆ ਗਿਆ ਸੀਗਾ ਬਾਏ ਲਾਰਡ ਡਲਹੌਜ਼ੀ ਐਂਡ ਬਾਏ
ਠੀਕ ਹੈ। ਉਸ ਤੋਂ ਬਾਅਦ ਜੋ ਮਹਾਰਾਜਾ ਦਲੀਪ ਸਿੰਘ ਸੀਗੇ ਉਹਨਾਂ ਨੂੰ ਪੈਨਸ਼ਨ 'ਤੇ ਬ੍ਰਿਟਿਸ਼ ਭੇਜ ਦਿੱਤਾ ਗਿਆ ਸੀਗਾ। ਸੋ ਅਗਲਾ ਕੁਸ਼ਚਨ ਹੈ ਕਿ ਰਾਣੀ ਜਿੰਦ ਕੌਰ ਕੌਣ ਸੀ? ਇਹਦਾ ਦੇਖੋ ਆਪਸ਼ਨ ਕਵਰ ਕਰਨਾ ਮੈਨੂੰ ਕੋਈ ਇੰਪੋਰਟੈਂਟ ਨਹੀਂ ਲੱਗਿਆ, ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਾਣੀ ਜਿੰਦ ਕੌਰ ਕੌਣ ਸੀ। ਸੋ ਇਹਦੀ ਮੈਂ ਤੁਹਾਨੂੰ ਡਿਸਕ੍ਰਾਈਬ ਹੀ ਕਰ ਦਿੰਦੀ ਹਾਂ। ਜੋ ਮਹਾਰਾਣੀ ਜਿੰਦ ਕੌਰ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀਗੇ, ਠੀਕ ਹੈ। ਤਾਂ ਇਹ ਮਹਾਰਾਜਾ ਜੋ ਦਲੀਪ ਸਿੰਘ ਸੀਗੇ ਉਹਨਾਂ ਦੀ ਮਾਤਾ ਜੀ ਸੀਗੇ। ਮਹਾਰਾਜਾ ਦਲੀਪ ਸਿੰਘ 1843 ਦੇ ਵਿੱਚ ਗੱਦੀ 'ਤੇ ਬੈਠੇ ਅਤੇ 1849 ਤੱਕ ਉਹਨਾਂ ਨੇ ਰਾਜ ਕੀਤਾ। ਉਸ ਤੋਂ ਬਾਅਦ ਬ੍ਰਿਟਿਸ਼ ਨੇ ਅਨੈਕਸ ਕਰ ਲਿਆ ਪੰਜਾਬ ਨੂੰ। ਅਤੇ ਜਦੋਂ ਮਹਾਰਾਜਾ ਦਲੀਪ ਸਿੰਘ ਗੱਦੀ 'ਤੇ ਬੈਠੇ ਸੀਗੇ ਤਾਂ ਉਹਨਾਂ ਦੀ ਏਜ ਬਹੁਤ ਘੱਟ ਸੀਗੀ। ਤਾਂ ਮਹਾਰਾਣੀ ਜਿੰਦ ਕੌਰ ਬਣੀ ਸੀਗੀ, ਰੇਜੈਂਟ ਬਣੀ ਸੀ ਉਹਨਾਂ ਦੀ, ਠੀਕ ਹੈ, ਪੰਜਾਬ ਦੀ ਦੀ ਜੋ ਸਟੇਟ ਸੀਗੀ ਉਹਦੀ। ਸੋ ਇਹ ਕੁਸ਼ਚਨ ਯਾਦ ਰੱਖਣਾ ਕਿ ਪੰਜਾਬ ਦੀ ਫਸਟ ਜੋ ਮਹਿਲਾ ਰੇਜੈਂਟ ਸੀਗੀ ਉਹ ਕੌਣ ਸੀ? ਉਹ ਮਹਾਰਾਣੀ ਜਿੰਦ ਕੌਰ ਸੀਗੀ, ਠੀਕ ਹੈ। ਟਾਈਡਲ ਪਾਵਰ ਕੀ ਹੈ? ਕਿ ਇਹ ਰੀਨੀਏਬਲ ਐਨਰਜੀ ਹੈ, ਨੋਨ ਰੀਨੀਏਬਲ ਐਨਰਜੀ ਹੈ ਜਾਂ ਵਿੰਡ ਐਨਰਜੀ ਹੈ? ਸੋ ਇੱਥੇ ਆਪਾਂ ਆਹ ਕਵਰ ਕਰ ਲਈਏ। ਰੀਨੀਏਬਲ ਐਨਰਜੀ ਹੁੰਦਾ ਹੈ ਕਿ ਜਿਹੜੀ ਚੀਜ਼ ਕਦੇ ਖਤਮ ਨਹੀਂ ਹੋਣੀ, ਠੀਕ ਹੈ, ਜਿਹਨੂੰ ਆਪਾਂ ਫੇਰ ਓਰੀਜੀਨੇਟ ਕਰ ਸਕਦੇ ਹਾਂ, ਜਿਵੇਂ ਕਿ ਧੁੱਪ ਤੋਂ ਬਣਨ ਵਾਲੀ ਕੋਈ ਚੀਜ਼ ਹੈ, ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਰੀਓਰੀਜੀਨੇਟ ਕਰ ਸਕਦੇ ਹਾਂ, ਨਵੀਆਂ ਬਣਾ ਸਕਦੇ ਹਾਂ, ਠੀਕ ਹੈ। ਪਾਣੀ ਤੋਂ ਜਿਹੜੀ ਊਰਜਾ ਹੈ, ਪਾਣੀ ਤੋਂ ਆਪਾਂ ਫੇਰ ਊਰਜਾ ਨੂੰ ਯੂਜ਼ ਕਰਕੇ ਫੇਰ ਉਹਨੂੰ ਯੂਜ਼ ਕਰ ਸਕਦੇ ਹਾਂ, ਉਹ ਸਾਰੀਆਂ ਹੁੰਦੀਆਂ ਨੇ ਰੀਨੀਏਬਲ। ਨੋਨ ਰੀਨੀਏਬਲ ਹੁੰਦੀਆਂ ਨੇ ਕਿ ਜਿਹੜੀ ਇੱਕ ਵਾਰੀ ਖਤਮ ਹੋ ਗਈ ਉਹਨੇ ਦੁਬਾਰਾ ਨਹੀਂ ਆਉਣਾ, ਜਿਵੇਂ ਕਿ ਪੈਟਰੋਲ ਹੈ, ਡੀਜ਼ਲ ਹੈ, ਉਹਨੂੰ ਆਪਾਂ ਇੱਕ ਵਾਰੀ ਯੂਜ਼ ਕਰ ਲਿਆ ਉਹਨੂੰ ਦੁਬਾਰਾ ਯੂਜ਼ ਨਹੀਂ ਕਰ ਸਕਦੇ, ਠੀਕ ਹੈ, ਉਹ ਸਾਰੀਆਂ ਆ ਜਾਂਦੀਆਂ ਨੇ ਨੋਨ ਰੀਨੀਏਬਲ ਐਨਰਜੀ ਦੇ ਵਿੱਚ। ਅਤੇ ਵਿੰਡ ਐਨਰਜੀ ਹੁੰਦੀ ਹੈ ਜਿਹੜੀ ਹਵਾ, ਯਾਨੀ ਕਿ ਪਵਨ ਚੱਕੀਆਂ, ਹਵਾ ਦੇ ਨਾਲ ਜਿਹੜੀ ਆਪਾਂ ਐਨਰਜੀ ਪ੍ਰੋਡਿਊਸ ਹੁੰਦੀ ਹੈ, ਠੀਕ ਹੈ, ਪਵਨ ਚੱਕੀਆਂ ਦੇ ਥਰੂ, ਉਹਨੂੰ ਬੋਲਦੇ ਨੇ ਵਿੰਡ ਐਨਰਜੀ। ਸੋ ਅਗਰ ਆਪਾਂ ਟਾਈਡਲ ਪਾਵਰ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਇੱਕ ਰੀਨਿਊਏਬਲ ਸੋਰਸ ਹੈ, ਠੀਕ ਹੈ, ਜਿਹਨੂੰ ਆਪਾਂ ਦੁਬਾਰਾ ਪ੍ਰੋਡਿਊਸ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਸੀਗਾ ਅੱਜ ਦਾ ਮੌਕ ਜਿਹਦੇ ਵਿੱਚ ਬਹੁਤ ਇੰਪੋਰਟੈਂਟ ਕੁਸ਼ਚਨ ਆਪਾਂ ਕਵਰ ਕੀਤੇ ਨੇ। ਅਤੇ ਇੱਦਾਂ ਹੀ ਬਣੇ ਰਹੋ ਸਾਡੇ ਚੈਨਲ 'ਤੇ, ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਹੋਰ ਵੀ ਯੂਜ਼ਫੁੱਲ ਮਟੀਰੀਅਲ ਲੈ ਕੇ ਆਵਾਂਗੇ। ਥੈਂਕ ਯੂ ਸੋ ਮੱਚ।